ਸਾਰੇ ਪਿੰਡਾਂ 'ਚ ਨਸ਼ਾ ਵਿਕਦਾ ਵਾ, ਉੱਥੋਂ ਸਾਡੇ ਬੱਚੇ 5 ਮਿੰਟਾਂ 'ਚ ਨਸ਼ਾ ਲੈ ਕੇ ਆ ਜਾਂਦੇ ਆ। ਨਸ਼ਾ ਖਾ ਕੇ ਇੰਨਾ ਪਰੇਸ਼ਾਨ ਤੰਗ, ਇੱਕ ਇੱਟਾਂ ਹੀ ਇੱਟਾਂ ਰਹਿ ਗਈਆਂ ਸਾਡੇ ਘਰ ਦੀਆਂ, ਕੁਛ ਨਹੀਂ ਜੇ ਛੱਡਿਆ। ਉੱਦਾਂ ਵੀ ਸਾਡੇ ਬੱਚਿਆਂ ਨੇ ਸਾਡਾ ਘਰ ਜਾੜਿਆ, ਫਿਰ ਅਸੀਂ ਸੈਂਟਰਾਂ ਦੇ ਵਿੱਚ ਵੀ ਉੱਜੜਦੇ ਹਾਂ। ਪੁਲਿਸ ਬੰਦ ਕਿਉਂ ਨਹੀਂ ਕਰਾਉਂਦੀ, ਪ੍ਰਸ਼ਾਸਨ ਬੰਦ ਕਿਉਂ ਨਹੀਂ ਕਰਾਉਂਦਾ, ਸਰਕਾਰਾਂ ਬੰਦ ਕਿਉਂ ਨਹੀਂ ਕਰਾਉਂਦੀਆਂ ਨਸ਼ੇ? ਦਾਅਵੇ ਬਹੁਤ ਕਰਦੇ ਆ ਪਰ ਕਰਦੇ ਕੁਛ ਨਹੀਂ। ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਬੱਚੇ ਨਸ਼ੇ ਕਰਨ ਡੇ ਆ, ਅਤੇ ਜਿਹੜੇ ਬੱਚੇ ਉਹ ਘਰਾਂ ਦੇ ਵਿੱਚੋਂ ਭਾਂਡੇ ਚੁੱਕ ਚੁੱਕ ਵੀ ਵੇਚੀ ਜਾਣ ਡੇ ਆ। ਅਸੀਂ ਪੈਸੇ ਲੈ ਵੀ ਜਾਂਦੇ ਆ ਤਾਂ ਫਿਰ ਵੀ ਕੁੱਟਮਾਰ ਤੱਕ ਜਾਂਦੇ ਆ, ਨਹੀਂ ਤਾਂ ਜੇ 10 ਮਾਰ ਕੇ ਤੁਹਾਨੂੰ 10 ਸਾਲ ਅਸੀਂ ਜੇਲ੍ਹ ਕੱਟ ਲਾਂਗੇ, ਉਹ ਸਾਨੂੰ ਚੰਗੀ ਆ। ਗਾੜੀ ਅਸੀਂ ਉਹਦੇ ਬੱਚੇ ਵਾਸਤੇ ਮੈਂ ਨਹੀਂ ਸੁੱਟਦੀ, ਮੇਰੀ ਵੱਲੋਂ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਕਿਉਂ ਹੋ ਗਿਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਕਹਿੰਦੇ ਸੀ, ਕੇਜਰੀਵਾਲ ਕਹਿੰਦਾ ਸੀ ਮੈਂ 4 ਹਫ਼ਤਿਆਂ ਨਸ਼ਾ ਖਤਮ ਕਰ ਦੂੰਗਾ, ਉਸੇ ਤਰ੍ਹਾਂ ਮਿੱਤਰਾ ਨਸ਼ਾ ਵਿਕਣ ਡਿਆ, ਪਿੰਡ ਪਿੰਡ ਨਸ਼ਾ ਵਿਕਣ ਡਿਆ। ਕੁਛ ਨਹੀਂ ਬੰਦ ਹੋਇਆ, ਗਰਾਊਂਡ 'ਤੇ ਆਣ ਕੇ ਵੇਖੋ ਕੀ ਹੋਇਆ, ਇਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦਾ ਇੱਕ ਇੱਕ ਬੱਚਾ ਸਮੈਗ ਪੀ ਕੇ ਮਰ ਗਿਆ ਵਾ। ਲਾਣ 625 ਕਿਲੋ, ਸ਼ਰਾਬ 57,375 ਐੱਮ ਐੱਲ ਅਤੇ 140 ਗ੍ਰਾਮ ਹੀਰੋਇਨ, ਜਿਹੜੀ ਵੱਖ ਵੱਖ ਸਮੱਗਲਰਾਂ ਤੋਂ ਜਿਹੜੀ ਹੈ ਫੜ ਕੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਤੱਕ ਪਹੁੰਚਾਇਆ। ਇਹ ਜਿਹੜੇ ਮੇਨ ਸਮੱਗਲਰ ਆ, ਜਿਹੜੇ ਅੱਗੇ ਸਪਲਾਈ ਕਰਦੇ ਸੀਗੇ, ਇਹ ਅਸੀਂ ਸਪਲਾਈ ਲਾਈਨ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਕਿਸਾਨ ਆਗੂ ਦਿਆਲ ਸਿੰਘ ਮਿਆਵਿੰਡ ਦੀ ਅਗਵਾਈ ਵਿੱਚ ਥਾਣਾ ਵੈਰੋਵਾਲ ਵਿਖੇ ਧਰਨਾ ਲਗਾਇਆ। ਇਸੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਦਿਆਲ ਸਿੰਘ ਮਿਆਵਿੰਡ ਅਤੇ ਧਰਨੇ ਵਿੱਚ ਸ਼ਾਮਲ ਵੱਖ ਵੱਖ ਔਰਤਾਂ ਨੇ ਦੱਸਿਆ ਕਿ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਵਿੱਚ ਅਜੇ ਵੀ ਸ਼ਰੇਆਮ ਨਸ਼ਾ ਵਿਕ ਰਿਹਾ, ਪਰੰਤੂ ਸਥਾਨਕ ਪੁਲਿਸ ਅਤੇ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋ ਰਹੇ ਹਨ। ਔਰਤਾਂ ਨੇ ਦੱਸਿਆ ਕਿ ਇਲਾਕੇ ਵਿੱਚ ਚਿੱਟੇ ਦਿਨ ਵੀ ਨਸ਼ਾ ਵਿਕਦਾ ਰਹਿੰਦਾ ਹੈ, ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਬੁਰੇ ਤਰੀਕੇ ਨਾਲ ਬਰਬਾਦ ਹੋ ਰਹੀ ਹੈ। ਮੇਰਾ ਨਾਮ ਵਰਿੰਦਰ ਕੌਰ ਆ, ਪਿੰਡ ਅਲੋਵਾਲ ਆ। ਮੇਰਾ ਇੱਕ ਬੱਚਾ, ਹਾਂਜੀ, ਉਹ ਵੀ ਨਸ਼ਿਆਂ ਦੇ ਵਿੱਚ ਪਿਆ ਵਾ, ਅਤੇ ਉਹਨੇ ਘਰ ਦੀ ਮਤਲਬ ਇੱਕ ਭਾਂਡੇ ਤੱਕ ਨਹੀਂ ਉਹਨੇ ਛੱਡਿਆ, ਇੰਨਾ ਜ਼ਿਆਦਾ ਪਰੇਸ਼ਾਨ ਨਸ਼ੇ ਤੋਂ ਅਸੀਂ। ਸਾਡੇ ਲਾਗੇ ਮਤਲਬ ਸਾਰੇ ਪਿੰਡਾਂ ਦੇ ਵਿੱਚ, ਜਿੱਦਾਂ ਮੀਆਂ ਪਿੰਡ ਆ, ਜੱਸੋ ਨੰਗਲ ਆ, ਅਤੇ ਰਤਨਗਾੜਾ, ਸਕਿਆਂ ਵਾਲੀ ਆ, ਸਾਰੇ ਪਿੰਡਾਂ 'ਚ ਨਸ਼ਾ ਵਿਕਦਾ ਵਾ। ਉੱਥੋਂ ਸਾਡੇ ਬੱਚੇ 5 ਮਿੰਟਾਂ 'ਚ ਨਸ਼ਾ ਲੈ ਕੇ ਆ ਜਾਂਦੇ ਆ, ਨਸ਼ਾ ਖਾ ਕੇ ਇੰਨਾ ਪਰੇਸ਼ਾਨ ਤੰਗ, ਇੱਕ ਇੱਟਾਂ ਹੀ ਇੱਟਾਂ ਰਹਿ ਗਈਆਂ ਸਾਡੇ ਘਰ ਦੀਆਂ, ਕੁਛ ਨਹੀਂ ਜੇ ਛੱਡਿਆ। ਅਤੇ ਪੁਲਿਸ ਇਹਨਾਂ ਨੂੰ ਕਿਉਂ ਨਹੀਂ ਫੜਦੀ, ਕਿਉਂ ਨਸ਼ੇ ਵੇਚਣ ਵਾਲਿਆਂ ਦਾ ਪੁਲਿਸ ਨੂੰ ਸਭ ਦਾ ਪਤਾ, ਕਿਉਂ ਨਹੀਂ ਪੁਲਿਸ ਇਹਨਾਂ 'ਤੇ ਕਾਰਵਾਈ ਕਰਦੀ? ਖਾਣ ਵਾਲਿਆਂ ਦਾ ਕਹਿੰਦੇ ਨਾ ਦੱਸੋ, ਵੇਚਣ ਵਾਲਿਆਂ ਨੂੰ ਕਿਉਂ ਨਹੀਂ ਫੜਦੀ? ਖਾਣ ਵਾਲਿਆਂ ਨੂੰ ਫੜਦੇ ਆ। ਖਾਣ ਵਾਲਿਆਂ ਨੇ ਜਿਨ੍ਹਾਂ ਨੇ ਕੌਲੀਆਂ ਅੱਗੇ ਘਰਦੀਆਂ ਨਹੀਂ ਛੱਡੀਆਂ, ਉਹਨਾਂ ਕੋਲੋਂ ਪੁਲਿਸ ਕੀ ਪਾਲਦੀ ਆ? ਉਹਨਾਂ ਨੂੰ ਫੜ ਕੇ ਬੰਦ ਕਰ ਲੈਂਦੇ, ਫਿਰ ਪੈਸੇ ਦੇ ਕੇ ਛਡਾਓ, ਫਿਰ ਅਸੀਂ ਸੈਂਟਰਾਂ 'ਚ ਉਹਨਾਂ ਨੂੰ ਭੇਜਦੇ ਹਾਂ, 5-5, 6-6 ਮਹੀਨੇ ਅਸੀਂ ਸੈਂਟਰਾਂ 'ਚ ਵੀ ਖਰਚਾ ਕਰਦੇ ਹਾਂ। ਉੱਦਾਂ ਵੀ ਸਾਡੇ ਬੱਚਿਆਂ ਨੇ ਸਾਡਾ ਘਰ ਜਾੜਿਆ, ਫਿਰ ਅਸੀਂ ਸੈਂਟਰਾਂ ਦੇ ਵਿੱਚ ਵੀ ਉੱਜੜਦੇ ਹਾਂ। ਪੁਲਿਸ ਬੰਦ ਕਿਉਂ ਨਹੀਂ ਕਰਾਉਂਦੀ, ਪ੍ਰਸ਼ਾਸਨ ਬੰਦ ਕਿਉਂ ਨਹੀਂ ਕਰਾਉਂਦਾ, ਸਰਕਾਰਾਂ ਬੰਦ ਕਿਉਂ ਨਹੀਂ ਕਰਾਉਂਦੀਆਂ ਨਸ਼ੇ? ਦਾਅਵੇ ਬਹੁਤ ਕਰਦੇ ਆ ਪਰ ਕਰਦੇ ਕੁਛ ਨਹੀਂ, ਕਿਉਂ ਨਹੀਂ? ਮੇਰਾ ਨਾਂ ਸਰਬਜੀਤ ਕੌਰ ਆ ਜੀ, ਮੈਂ ਕਿਸਾਨ ਜੂਨੀਅਰ ਦੀ ਪ੍ਰਧਾਨ ਆ, ਅਤੇ ਮੈਂ ਇੱਥੇ ਨਸ਼ਿਆਂ ਦੇ ਅਸੀਂ ਆਏ ਅੱਜ ਖਿਲਾਫ਼। ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਬੱਚੇ ਨਸ਼ੇ ਕਰਨ ਡੇ ਆ, ਅਤੇ ਜਿਹੜੇ ਬੱਚੇ ਉਹ ਘਰਾਂ ਦੇ ਵਿੱਚੋਂ ਭਾਂਡੇ ਚੁੱਕ ਚੁੱਕ ਵੀ ਵੇਚੀ ਜਾਣ ਡੇ ਆ। ਅਤੇ ਇਹ ਆ ਕਿ ਬੀਬੀਆਂ ਬਹੁਤ ਦੁਖੀ, ਅੱਜ ਅਸੀਂ ਇਸੇ ਮੁੱਦੇ 'ਤੇ ਅੱਜ ਵੈਰੋਵਾਲ ਥਾਣੇ ਵਿੱਚ ਪਹੁੰਚੇ ਹਾਂ, ਅਤੇ ਸਾਨੂੰ ਇਹ ਆ ਕਿ ਸਾਨੂੰ ਇਨਸਾਫ਼ ਦੇਣਾ ਚਾਹੀਦਾ, ਵੀ ਸਾਨੂੰ ਨਸ਼ੇ ਨਹੀਂ ਸਾਡੇ ਪਿੰਡ ਵਿੱਚ ਆਉਣੇ ਚਾਹੀਦੇ। ਇੱਕ ਹੋਰ ਵੀ ਜਿਹੜੇ ਲਾਗੇ ਲਾਗੇ ਪਿੰਡ ਮੀਏ ਪਿੰਡ ਤੋਂ, ਹੋਰ ਕਈਆਂ ਪਿੰਡਾਂ ਤੋਂ ਨਸ਼ੇ ਬੱਚੇ ਲਿਆ ਕੇ ਖਾਂਦੇ ਆ, ਅਤੇ ਮਾਵਾਂ ਬਹੁਤ ਦੁਖੀ ਆ। ਅਤੇ ਇਹ ਨਸ਼ੇ ਜਿਹੜੇ ਆ ਬੰਦ ਕਰਨੇ ਚਾਹੀਦੇ ਆ, ਸਾਡੇ ਤਾਂ ਘਰਾਂ ਦੇ ਘਰ ਗਰਕ ਹੋ ਗਏ, ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਦੀਆਂ ਨਸਲਾਂ ਖਤਮ ਕਰਤੀਆਂ ਇਹਨਾਂ ਨੇ, ਤੇ ਜਿਹੜੇ ਨਸ਼ੇ ਆ, ਅਤੇ ਨਸ਼ੇ ਬਿਲਕੁਲ ਬੰਦ ਹੋਣੇ ਚਾਹੀਦੇ। ਗੱਲ ਕੀਤੀ ਜਾਵੇ ਸਰਕਾਰਾਂ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ, ਦਾਅਵੇ ਬਹੁਤ ਨੇ ਕਿ ਨਸ਼ਾ ਸਾਡੇ ਵੱਲੋਂ ਬੰਦ ਕੀਤਾ ਜਾ ਰਿਹਾ, ਸੋ ਕੀ ਕਹਿਣਾ ਚਾਹੋਗੇ? ਨਹੀਂ ਜੀ, ਕੋਈ ਨਸ਼ਾ ਬੰਦ ਨਹੀਂ ਕੀਤਾ ਜੀ ਸਾਡੇ ਨਾਲ, ਅਤੇ ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਆ। ਆਉਂਦੇ ਸੀ ਪਹਿਲਾਂ ਸਰਕਾਰ ਆਈ ਸੀ, ਕਹਿੰਦੇ ਸੀ ਕਿ ਇਹ 4 ਹਫ਼ਤਿਆਂ ਦੇ ਵਿੱਚ ਅਸੀਂ ਜਿਹੜੀ ਨਸ਼ਾ ਇਹ ਬੰਦ ਕਰਾਂਗੇ, ਉਹਨਾਂ ਨੇ ਨਹੀਂ ਕੀਤੀ। ਹੁਣ ਆ ਭਗਵੰਤ ਮਾਨ ਦੀ ਜਿਹੜੀ ਸਰਕਾਰ ਆਈ ਹੈ, ਇਹਨਾਂ ਵੀ ਕੋਈ ਮਤਲਬ ਨਸ਼ਿਆਂ 'ਤੇ ਕੋਈ ਰੋਕ ਨਹੀਂ ਕੀਤੀ। ਧਰਨਾ ਤਾਂ ਲਾਇਆ ਵੀਰ ਜੀ ਕਿ ਸਾਡੇ ਬੱਚੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ, ਅਸੀਂ ਪੈਸੇ ਲੈ ਵੀ ਜਾਂਦੇ ਆ ਤਾਂ ਫਿਰ ਵੀ ਕੁੱਟਮਾਰ ਤੱਕ ਜਾਂਦੇ ਆ, ਨਹੀਂ ਤਾਂ ਜੇ 10 ਮਾਰ ਕੇ ਤੁਹਾਨੂੰ 10 ਸਾਲ ਅਸੀਂ ਜੇਲ੍ਹ ਕੱਟ ਲਾਂਗੇ, ਉਹ ਸਾਨੂੰ ਚੰਗੀ ਆ। ਗਾੜੀ ਅਸੀਂ ਉਹਦੇ ਬੱਚੇ ਵਾਸਤੇ ਮੈਂ ਨਹੀਂ ਸੁੱਟਦੀ, ਮੇਰੀ ਵੱਲੋਂ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ, ਪਰ ਮੈਂ ਆਉਣ ਵਾਲੀ ਉਹਦੀ ਜਨਾਨੀ ਹਾਂ ਔਰ ਬੱਚਾ ਆਉਣ ਵਾਲਾ ਵਾ, ਮੈਂ ਉਹਦੇ ਬਾਰੇ ਸੋਚਦੀ ਹਾਂ ਵੀ ਉਹ ਠੱਲ ਪੈਣੀ ਚਾਹੀਦੀ ਆ ਨਸ਼ੇ ਨੂੰ, ਕਿ ਉਹ ਵੀ ਕੰਟਰੋਲ ਹੋ ਜਾਵੇ ਅਤੇ ਗਾੜੀ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਵੀ ਉਹਦੀ ਚੰਗੀ ਰਹਿ ਜੇ। ਅਤੇ ਨਸ਼ਾ ਵਿਕਦਾ ਬਹੁਤ ਜ਼ਿਆਦਾ ਵਾ, ਮੀਏ ਵਿੰਡੋ ਵੀ ਖੜਦੇ ਆ, ਉਦੋਂ ਪਿੱਛੋਂ ਭੋਰਚੀਓਂ ਵੀ ਲੈ ਆਉਂਦੇ, ਇੱਧਰਲੇ ਪਾਸਿਓਂ ਜੱਸੋ ਨੰਗਲ ਵਾਲੇ ਰਾਹ 'ਤੇ ਵੀ ਜਾ ਕੇ ਟੀਕੇ ਲਾ ਲੈਂਦੇ ਆ, ਅਤੇ ਬਹਿ ਜਾਂਦੇ ਅਤੇ ਕਹਿ ਦਿੰਦੇ ਕਿ ਅਸੀਂ ਕੁਛ ਨਹੀਂ ਕੀਤਾ।
ਸਾਡੇ ਦੁਆਲੇ ਵੀ ਡੰਗ ਚੁੱਕਦੇ। ਪੁਲਿਸ ਕੀ ਕੋਈ ਕਾਰਵਾਈ ਨਹੀਂ ਕਰਦੀ? ਨਹੀਂ ਕਰਦੀ। हालांकि धरनाकारियों ने पंजाब सरकार अते पुलिस प्रशासन नू चेतावनी दिंदे कहा कि जेकर उन्हां दे आसपास पिंडां विच नशियां दा चलदा कारोबार बंद ना होया तां ओह संघर्ष नू होर तेज करनगे। मैं किसान मजदूर संघर्ष कमेटी पंजाब खडूर साहब का जून प्रधान दयाल सिंह मियां मेंडा अज मैं पिंड अलोवाला 15 दिन वाली मीटिंग करन गया हाँ। जो मीटिंग कर लॉसमेंट गुरुद्वारे की वड्डे पद्धर से बीबिया गुरुद्वारे आईया मीटिंग चलते चलते बीबिया ने बहुत ज्यादा रोईया कहिंदियां अहीं बहुत दुखी हाँ साढ़े बच्चे जेडे समैक ना जे मरन डे आ घर घर समैक वड़ गए प्रधान जी सानू न्याय दवाओ सानू कोई न्याय नहीं मिल रहा सानू कोई पुलिस ने न्याय देन दी। फिर उत्थे पिंड ने फैसला किया भी आपां थाने चलीए थाने जाके एस एच ओ नाल गलबात करिए। फिर सारिया बीबिया जी इत्थे थाने आईया किसान मजदूर आया थाना घेर के बैठे हाँ क्योंकि जिहड़ा भगवंत मान की सरकार कहिंदे सी केजरीवाल कहिंदा सी मैं चौं हफ्तिया नशा खत्म कर दूंगा उस तरह मित्र अज नशा विकन डिया पिंड पिंड नशा विकन डिया। अहीं आंदे हाँ जिहड़ा नशा पींदा उहनां नूं ना चुको जिहड़े पुड़ी वेचदे आ जां जिहड़े वड्डे समगरवा उहनां तक पहुँच करो उहनां नूं जेलां 'च सुट्टो फिर ये नशा बंद होना वा। सानूं एवें लारे लाए जांदे नशा ही बंद करता वो करता कुछ नहीं बंद होया ग्राउंड ते आण के वेखो की होया इन्हां मावां नूं पुछो जिन्हां दा एक एक बच्चा समैक पी के मर गया वा रोज़ टीके ला ला के बच्चे जिहड़े आ मरन डे आ साडा एक एक बच्चा एक एक धी आ इत्थों तक ढांचा खराब हो गया वा साडियां धीआं वी नशा करन डे पईआं वा। इस करके अं सरकार नूं आंदे हाँ बड़े तुहां लारे लाए आ जिस तरह पहलो अकाली कांग्रेस बुचड़ा ने नशा वेचा ही उह हालत तुहाडा वा नशे ते कंट्रोल करो। इस मौके जदों थाने दे SHO परमजीत सिंह विरदी नाल गलबात की गई तो उन्होंने कहा कि वह नशे की रोकथाम लई पूरी तरह मुस्तैद रहिंदे हन अते उन्हां वल्लों कुछ दिनों अंदर ही अनेक नशे के धंधे नाल जुड़े लोगों को काबू किया गया। उन्होंने कहा कि इलाके के लोग पुलिस प्रशासन को सहयोग करन और जल्द नशे के धंधे नाल जुड़े लोगों को फड़ के सलाखां दे पिछे देणगे। हाँ जी सर की कहना चाहोगे अज तुहाडे थाने दे बाहर जो धरना लगा है खास करके नशे दे मुद्दे? मैं तो तुहाडे सामने जी हुणे खुफिया रेट ते सीगा सिविल दे विच मैं जे आ ही रहा वा माइनिंग दे संबंध दे विच दरिया दे उत्ते गया सीगा उत्थों आ रहा मेरे आउंदिआं नूं सारियां भैणां मेरियां बैठियां सीगियां बजुर्ग बैठे सीगे इन्हां दे नाल अंदर बुला के इन्हां नूं मैं पुछिआ भी दस्सो जी किहड़ियां की तुहाडियां मुश्किलां ने। इन्हां कहा जी साडे पिंड दे विच कुझ अंसर जिहड़े आ उह नशा वेचदे ने ठीक है जी। इन्हां दे पिंड दे विच जिहड़े आ मैं 3 बार खुद जिहड़ा रेड कर चुका जी रेड करके आ चुका वा उत्थों जाके पुछिया गया भी दसो किहड़े बंदे कित्थे बह के पींदे ने कित्थे वेचदे ने वो सारी घोख कीती गई आ। तो मैं इत्थे 29 तरीक नूं चार्ज लिया 29 तरीक तो लैके हुण तक आ जिहड़े मैं 13 मुकदमे जिहड़े आ जी नशे वालिआं दे खिलाफ़ दर्ज कीते आ जिहदे विच एक चालू भट्टी लाण 625 किलो शराब 57,375 ML ते 140 ग्राम हीरोइन जिहड़ी वक्ख वक्ख समगलरां तों जिहड़ी है फड़ के उहनां नूं जिहड़ा जेलां तक पहुँचाया है ते उहनां दा जिहड़ा असीं नैटवर्क जिहड़ी है तोड़न की कोशिश की है ते जिहड़े फारवर्ड ते बैकवर्ड लिंक है भी कित्थों लैके आए ते किन्नू गां देण चले सीगे उहदे बारे जिहड़ा पता करके एक बंदा साडा जेल च आ जिन्हें मंगवाई सीगी उहदे असीं वारंट जिहड़े 18 तरीक लई लाए आ उहनूं जेल दे विचों लिया के उहदे कोल जिहड़ी पुछगिछ गां करके ते अगला जिहड़ा उहदा मेन समगलर आ उहदे तक पहुँचा जाऊगा। सर इन्हां दा इही कहना है कि जिहड़े छोटे छोटे पुड़ियां वाले फड़े जाते हैं उन्हां ते अक्सर ही कार्रवाई होंदी है जिहड़े वड्डे जिन्हां नूं मगरमच्छ कह लो वह काबू नहीं आउंदे सर की कारण? नहीं जिहड़े मेन बंदे असीं 2 अरैसट कीते आ जी मेन समगलर सीगे ठीक है इन्हां नूं मेन सीगे एक ते सीगे एक को 95 ग्राम रिकवर की गई एक को 45 ग्राम रिकवर की गई इन्हां 'च कोई पुड़ियां वाला नहीं सीगा। ये जिहड़े मेन समगलर आ जिहड़े अगे सप्लाई करदे सीगे ये असीं सप्लाई लाइन नूं कट्टण दी कोशिश कीती है ते गां जिस तरह इन्हां नाल मैं मीटिंग करके इन्हां नूं कहा भी जिस तरह तुसीं अत्तवाद दे विच समाज ने खड़े हो के पुलिस का साथ दे के वह जिहड़ा अत्तवाद का समां सीगा उहदे ते कंट्रोल कीता इस तरह ही जिहड़ा नशियां दा 5वां 6वां दरिया आ इहनूं कंट्रोल करन लई साडा साथ दिओ ये सारियां मावां भैणां ने साडे भरा ने सारे असीं इहनां दे नाल हर तरह नाल जिहड़े आ सहयोग करन लई तैयार हाँ ते साडी इह ड्यूटी बनदी है भी इह जिहड़ी लामत है जिहड़ी नशे की लणत इह जिहड़ी बीमारी है साडे पंजाब नूं चंबड़ी होई है जिहदे कारण साडी नौजवानी दा घाण हो रिहा है इहनूं असीं जल्दी तों जल्दी जिहड़ा पुट के ते जिहड़ा हसदा खेडदा पंजाब जिहड़ा है उह दुबारा रंगला पंजाब जिहड़ा बणाउण दे विच हर मत हर तरह की जिहड़ी है साडी कोशिश रहूगी ते हर संभव अहीं कोशिश करांगे। निरपक्ष पोस्ट लई तरन तारण तों रवि खैरा दी रिपोर्ट। सारे पिंडां 'च नशा विकदा वा उत्थों साडे बच्चे 5 मिंटां 'च नशा लैके आ जांदे आ नशा खा के इन्ना परेशान तंग एक ईटां ईटां रह गईआं साडे घर दीआं कुछ नहीं जे छड्डिआ।
ਉਦਾਂ ਵੀ ਸਾਡੇ ਬੱਚਿਆਂ ਨੇ ਸਾਡਾ ਘਰ ਜਾੜਿਆ, ਫਿਰ ਅਸੀਂ ਸੈਂਟਰਾਂ ਦੇ ਵਿੱਚ ਵੀ ਉੱਜੜਦੇ ਹਾਂ। ਪੁਲਿਸ ਬੰਦ ਕਿਉਂ ਨਹੀਂ ਕਰਾਉਂਦੀ, ਪ੍ਰਸ਼ਾਸਨ ਬੰਦ ਕਿਉਂ ਨਹੀਂ ਕਰਾਉਂਦਾ, ਸਰਕਾਰਾਂ ਬੰਦ ਕਿਉਂ ਨਹੀਂ ਕਰਾਉਂਦੀਆਂ ਨਸ਼ੇ? ਦਾਅਵੇ ਬਹੁਤ ਕਰਦੇ ਆ ਪਰ ਕਰਦੇ ਕੁਛ ਨਹੀਂ। ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਬੱਚੇ ਨਸ਼ੇ ਕਰਨ ਡੇ ਆ, ਅਤੇ ਜਿਹੜੇ ਬੱਚੇ ਉਹ ਘਰਾਂ ਦੇ ਵਿੱਚੋਂ ਭਾਂਡੇ ਚੁੱਕ ਚੁੱਕ ਵੀ ਵੇਚੀ ਜਾਣ ਡੇ ਆ। ਅਸੀਂ ਪੈਸੇ ਲੈ ਵੀ ਜਾਂਦੇ ਆ ਅਤੇ ਫਿਰ ਵੀ ਕੁੱਟਮਾਰ ਤੱਕ ਜਾਂਦੇ ਆ, ਨਹੀਂ ਤਾਂ ਜਾਂਦੇ ਦਸ ਮਾਰ ਕੇ ਤੁਹਾਨੂੰ 10 ਸਾਲ ਅਸੀਂ ਜੇਲ੍ਹ ਕੱਟ ਲਾਂਗੇ, ਉਹ ਸਾਨੂੰ ਚੰਗੀ ਆ। ਗਾੜੀ ਅਸੀਂ ਉਹਦੇ ਬੱਚੇ ਵਾਸਤੇ ਮੈਂ ਨਹੀਂ ਸੋਚਦੀ, ਮੇਰੀ ਵੱਲੋਂ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਕਿਉਂਕਿ ਜਿਹੜਾ ਭਗਵੰਤ ਮਾਨ ਦੀ ਸਰਕਾਰ ਕਹਿੰਦੇ ਸੀ, ਕੇਜਰੀਵਾਲ ਕਹਿੰਦਾ ਸੀ ਮੈਂ 4 ਹਫ਼ਤਿਆਂ ਨਸ਼ਾ ਖਤਮ ਕਰ ਦੂੰਗਾ, ਉਸੇ ਤਰ੍ਹਾਂ ਮਿੱਤਰਾ ਨਸ਼ਾ ਵਿਗੜ ਡਿਆ, ਪਿੰਡ ਪਿੰਡ ਨਸ਼ਾ ਵਿਗੜ ਡਿਆ। ਕੁਛ ਨਹੀਂ ਬੰਦ ਹੋਇਆ, ਗਰਾਊਂਡ 'ਤੇ ਆਣ ਕੇ ਵੇਖੋ ਕੀ ਹੋਇਆ, ਇਹਨਾਂ ਮਾਵਾਂ ਨੂੰ ਪੁੱਛੋ ਜਿਨ੍ਹਾਂ ਦਾ ਇੱਕ ਇੱਕ ਬੱਚਾ ਸਮੈਗ ਪੀ ਕੇ ਮਰ ਗਿਆ ਵਾ। ਲਾਣ 625 ਕਿਲੋ, ਸ਼ਰਾਬ 57,375 ML ਅਤੇ 140 ਗ੍ਰਾਮ ਹੀਰੋਇਨ ਜਿਹੜੀ ਵੱਖ ਵੱਖ ਸਮੱਗਲਰਾਂ ਤੋਂ ਜਿਹੜੀ ਹੈ ਫੜ ਕੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਤੱਕ ਪਹੁੰਚਾਇਆ। ਇਹ ਜਿਹੜੇ ਮੇਨ ਸਮੱਗਲਰ ਆ ਜਿਹੜੇ ਅੱਗੇ ਸਪਲਾਈ ਕਰਦੇ ਸੀਗੇ, ਇਹ ਅਸੀਂ ਸਪਲਾਈ ਲਾਈਨ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਕਿਸਾਨ ਆਗੂ ਦਿਆਲ ਸਿੰਘ ਮਿਆਵਿੰਡ ਦੀ ਅਗਵਾਈ ਵਿੱਚ ਥਾਣਾ ਵੈਰੋਵਾਲ ਵਿਖੇ ਧਰਨਾ ਲਗਾਇਆ। ਇਸੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਹੋਈਆਂ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਦਿਆਲ ਸਿੰਘ ਮਿਆਵਿੰਡ ਅਤੇ ਧਰਨੇ ਵਿੱਚ ਸ਼ਾਮਲ ਵੱਖ ਵੱਖ ਔਰਤਾਂ ਨੇ ਦੱਸਿਆ ਕਿ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਵਿੱਚ ਅਜੇ ਵੀ ਸ਼ਰੇਆਮ ਨਸ਼ਾ ਵਿਕ ਰਿਹਾ, ਪਰੰਤੂ ਸਥਾਨਕ ਪੁਲਿਸ ਅਤੇ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋ ਰਹੇ ਹਨ। ਔਰਤਾਂ ਨੇ ਦੱਸਿਆ ਕਿ ਇਲਾਕੇ ਵਿੱਚ ਚਿੱਟੇ ਦਿਨ ਵੀ ਨਸ਼ਾ ਵਿਕਦਾ ਰਹਿੰਦਾ ਹੈ, ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਬੁਰੇ ਤਰੀਕੇ ਨਾਲ ਬਰਬਾਦ ਹੋ ਰਹੀ ਹੈ। ਮੇਰਾ ਨਾਮ ਵਰਿੰਦਰ ਕੌਰ ਆ, ਪਿੰਡ ਅਲੋਵਾਲ ਆ। ਮੇਰਾ ਇੱਕ ਬੱਚਾ, ਹਾਂਜੀ, ਉਹ ਵੀ ਨਸ਼ਿਆਂ ਦੇ ਵਿੱਚ ਪਿਆ ਵਾ, ਅਤੇ ਉਹਨੇ ਘਰ ਦੀ ਮਤਲਬ ਇੱਕ ਭਾਂਡੇ ਤੱਕ ਨਹੀਂ ਉਹਨੇ ਛੱਡਿਆ, ਇੰਨਾ ਜ਼ਿਆਦਾ ਪਰੇਸ਼ਾਨ ਨਸ਼ੇ ਤੋਂ ਅਸੀਂ। ਸਾਡੇ ਲਾਗੇ ਮਤਲਬ ਸਾਰੇ ਪਿੰਡਾਂ ਦੇ ਵਿੱਚ, ਜਿੱਦਾਂ ਮੀਆਂ ਵਿੰਡਾ, ਜੱਸੋ ਨੰਗਲਾ ਅਤੇ ਰਤਨਗਾੜਾ, ਸਕਿਆਲੀ ਆ, ਸਾਰੇ ਪਿੰਡਾਂ 'ਚ ਨਸ਼ਾ ਵਿਕਦਾ ਵਾ। ਉੱਥੋਂ ਸਾਡੇ ਬੱਚੇ 5 ਮਿੰਟਾਂ 'ਚ ਨਸ਼ਾ ਲੈ ਕੇ ਆ ਜਾਂਦੇ ਆ, ਨਸ਼ਾ ਖਾ ਕੇ ਇੰਨਾ ਪਰੇਸ਼ਾਨ ਤੰਗ। ਇੱਕ ਇੱਟਾਂ ਹੀ ਇੱਟਾਂ ਰਹਿ ਗਈਆਂ ਸਾਡੇ ਘਰ ਦੀਆਂ, ਕੁਛ ਨਹੀਂ ਜੇ ਛੱਡਿਆ। ਅਤੇ ਪੁਲਿਸ ਇਹਨਾਂ ਨੂੰ ਕਿਉਂ ਨਹੀਂ ਫੜਦੀ, ਕਿਉਂ ਨਸ਼ੇ ਵੇਚਣ ਵਾਲਿਆਂ ਦਾ ਪੁਲਿਸ ਨੂੰ ਸਭ ਦਾ ਪਤਾ, ਕਿਉਂ ਨਹੀਂ ਪੁਲਿਸ ਇਹਨਾਂ 'ਤੇ ਕਾਰਵਾਈ ਕਰਦੀ? ਖਾਣ ਵਾਲਿਆਂ ਦਾ ਕਹਿੰਦੇ ਨਾ ਦੱਸੋ, ਵੇਚਣ ਵਾਲਿਆਂ ਨੂੰ ਕਿਉਂ ਨਹੀਂ ਫੜਦੀ? ਖਾਣ ਵਾਲਿਆਂ ਨੂੰ ਫੜਦੇ ਆ, ਖਾਣ ਵਾਲਿਆਂ ਨੇ ਜਿਨ੍ਹਾਂ ਨੇ ਕੌਲੀਆਂ ਅੱਗੇ ਘਰਦੀਆਂ ਨਹੀਂ ਛੱਡੀਆਂ, ਉਹਨਾਂ ਕੋਲੋਂ ਪੁਲਿਸ ਕੀ ਭਾਲਦੀ ਆ? ਉਹਨਾਂ ਨੂੰ ਫੜ ਕੇ ਬੰਦ ਕਰ ਲੈਂਦੇ, ਫਿਰ ਪੈਸੇ ਦੇ ਕੇ ਛਡਾਓ, ਫਿਰ ਅਸੀਂ ਸੈਂਟਰਾਂ 'ਚ ਉਹਨਾਂ ਨੂੰ ਭੇਜਦੇ ਹਾਂ, 5-5, 6-6 ਮਹੀਨੇ ਅਸੀਂ ਸੈਂਟਰਾਂ 'ਚ ਵੀ ਖਰਚਾ ਕਰਦੇ ਹਾਂ। ਉੱਦਾਂ ਵੀ ਸਾਡੇ ਬੱਚਿਆਂ ਨੇ ਸਾਡਾ ਘਰ ਜਾੜਿਆ, ਫਿਰ ਅਸੀਂ ਸੈਂਟਰਾਂ ਦੇ ਵਿੱਚ ਵੀ ਉੱਜੜਦੇ ਹਾਂ। ਪੁਲਿਸ ਬੰਦ ਕਿਉਂ ਨਹੀਂ ਕਰਾਉਂਦੀ? ਪ੍ਰਸ਼ਾਸਨ ਬੰਦ ਕਿਉਂ ਨਹੀਂ ਕਰਾਉਂਦਾ? ਸਰਕਾਰਾਂ ਬੰਦ ਕਿਉਂ ਨਹੀਂ ਕਰਾਉਂਦੀਆਂ ਨਸ਼ੇ? ਦਾਅਵੇ ਬਹੁਤ ਕਰਦੇ ਆ ਪਰ ਕਰਦੇ ਕੁਛ ਨਹੀਂ, ਕਿਉਂ ਨਹੀਂ? ਮੇਰਾ ਨਾਮ ਸਰਬਜੀਤ ਕੌਰ ਆ ਜੀ, ਮੈਂ ਕਿਸਾਨ ਜੂਨੀਅਰ ਦੀ ਪ੍ਰਧਾਨ ਆ, ਅਤੇ ਮੈਂ ਇੱਥੇ ਨਸ਼ਿਆਂ ਦੇ ਅਸੀਂ ਆਏ ਅੱਜ ਖਿਲਾਫ਼। ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਬੱਚੇ ਨਸ਼ੇ ਕਰਨ ਡੇ ਆ, ਅਤੇ ਜਿਹੜੇ ਬੱਚੇ ਉਹ ਘਰਾਂ ਦੇ ਵਿੱਚੋਂ ਭਾਂਡੇ ਚੁੱਕ ਚੁੱਕ ਵੀ ਵੇਚੀ ਜਾਣ ਡੇ ਆ। ਅਤੇ ਇਹ ਆ ਕਿ ਬੀਬੀਆਂ ਬਹੁਤ ਦੁਖੀ, ਅੱਜ ਅਸੀਂ ਇਸੇ ਮੁੱਦੇ 'ਤੇ ਅੱਜ ਵੈਰੋਵਾਲ ਥਾਣੇ ਵਿੱਚ ਪਹੁੰਚੇ ਹਾਂ, ਅਤੇ ਸਾਨੂੰ ਇਹ ਆ ਕਿ ਸਾਨੂੰ ਇਨਸਾਫ ਦੇਣਾ ਚਾਹੀਦਾ ਵੀ ਸਾਨੂੰ ਨਸ਼ੇ ਨਹੀਂ ਸਾਡੇ ਪਿੰਡ ਵਿੱਚ ਆਉਣੇ ਚਾਹੀਦੇ। ਇੱਕ ਹੋਰ ਵੀ ਜਿਹੜੇ ਲਾਗੇ ਲਾਗੇ ਪਿੰਡ ਮੀਏ ਵਿੰਡ ਤੋਂ, ਹੋਰ ਕਈਆਂ ਪਿੰਡਾਂ ਤੋਂ ਨਸ਼ੇ ਬੱਚੇ ਲਿਆ ਕੇ ਖਾਂਦੇ ਆ, ਅਤੇ ਮਾਵਾਂ ਬਹੁਤ ਦੁਖੀ ਆ। ਅਤੇ ਇਹ ਨਸ਼ੇ ਜਿਹੜੇ ਆ ਬੰਦ ਕਰਨੇ ਚਾਹੀਦੇ ਆ, ਸਾਡੇ ਤਾਂ ਘਰਾਂ ਦੇ ਘਰ ਗਰਕ ਹੋ ਗਏ, ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਦੀਆਂ ਨਸਲਾਂ ਖਤਮ ਕਰਤੀਆਂ ਇਹਨਾਂ ਨੇ, ਤੇ ਜਿਹੜੇ ਨਸ਼ੇ ਆ, ਅਤੇ ਨਸ਼ੇ ਬਿਲਕੁਲ ਬੰਦ ਹੋਣੇ ਚਾਹੀਦੇ। ਗੱਲ ਕੀਤੀ ਜਾਵੇ ਸਰਕਾਰਾਂ ਦੀ, ਅਤੇ ਪੁਲਿਸ ਪ੍ਰਸ਼ਾਸਨ ਦੀ, ਦਾਅਵੇ ਬਹੁਤ ਨੇ ਕਿ ਨਸ਼ਾ ਸਾਡੇ ਵੱਲੋਂ ਬੰਦ ਕੀਤਾ ਜਾ ਰਿਹਾ, ਸੋ ਕੀ ਕਹਿਣਾ ਚਾਹੋਗੇ? ਨਹੀਂ ਜੀ, ਕੋਈ ਨਸ਼ਾ ਬੰਦ ਨਹੀਂ ਕੀਤਾ ਜੀ ਸਾਡੇ ਨਾਲ, ਅਤੇ ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਆ। ਆਉਂਦੇ ਸੀ ਪਹਿਲਾਂ ਸਰਕਾਰ ਆਏ ਸੀ, ਕਹਿੰਦੇ ਸੀ ਕਿ ਇਹ 4 ਹਫ਼ਤਿਆਂ ਦੇ ਵਿੱਚ ਅਸੀਂ ਜਿਹੜੀ ਨਸ਼ਾ ਇਹ ਬੰਦ ਕਰਾਂਗੇ, ਉਹਨਾਂ ਨੇ ਨਹੀਂ ਕੀਤੀ। ਹੁਣ ਆ ਭਗਵੰਤ ਮਾਨ ਦੀ ਜਿਹੜੀ ਸਰਕਾਰ ਆਈ ਹੈ, ਇਹਨਾਂ ਵੀ ਕੋਈ ਮਤਲਬ ਨਸ਼ਿਆਂ 'ਤੇ ਕੋਈ ਰੋਕ ਨਹੀਂ ਕੀਤੀ। ਧਰਨਾ ਤਾਂ ਲਾਇਆ ਵੀਰ ਜੀ ਕਿ ਸਾਡੇ ਬੱਚੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ, ਅਸੀਂ ਪੈਸੇ ਲੈ ਵੀ ਜਾਂਦੇ ਆ ਅਤੇ ਫਿਰ ਵੀ ਕੁੱਟਮਾਰ ਤੱਕ ਜਾਂਦੇ ਆ, ਨਹੀਂ ਤਾਂ ਜਾਂਦੇ ਦਸ ਮਾਰ ਕੇ ਤੁਹਾਨੂੰ 10 ਸਾਲ ਅਸੀਂ ਜੇਲ੍ਹ ਕੱਟ ਲਾਂਗੇ, ਉਹ ਸਾਨੂੰ ਚੰਗੀ ਆ। ਗਾੜੀ ਅਸੀਂ ਉਹਦੇ ਬੱਚੇ ਵਾਸਤੇ ਮੈਂ ਨਹੀਂ ਸੋਚਦੀ, ਮੇਰੀ ਵੱਲੋਂ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ, ਪਰ ਮੈਂ ਆਉਣ ਵਾਲੀ ਉਹਦੀ ਜਨਾਨੀ ਹਾਂ ਔਰ ਬੱਚਾ ਆਉਣ ਵਾਲਾ ਵਾ, ਮੈਂ ਉਹਦੇ ਬਾਰੇ ਸੋਚਦੀ ਹਾਂ ਵੀ ਉਹ ਠੱਲ ਪੈਣੀ ਚਾਹੀਦੀ ਆ ਨਸ਼ੇ ਨੂੰ, ਕਿ ਉਹ ਵੀ ਕੰਟਰੋਲ ਹੋ ਜਾਵੇ ਅਤੇ ਗਾੜੀ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਵੀ ਉਹਦੀ ਚੰਗੀ ਰਹਿ ਜੇ। ਅਤੇ ਨਸ਼ਾ ਵਿਕਦਾ ਬਹੁਤ ਜ਼ਿਆਦਾ ਵਾ, ਮੀਏ ਵਿੰਡੋ ਵੀ ਖੜਦੇ ਆ, ਉਦੋਂ ਪਿੱਛੋਂ ਭੋਰਚੀਓ ਵੀ ਲੈ ਆਉਂਦੇ, ਇੱਧਰਲੇ ਪਾਸਿਓਂ ਜੱਸੋ ਨੰਗਲ ਵਾਲੇ ਰਾਹ 'ਤੇ ਵੀ ਜਾ ਕੇ ਟੀਕੇ ਲਾ ਲੈਂਦੇ ਆ ਅਤੇ ਬਹਿ ਜਾਂਦੇ ਅਤੇ ਕਹਿ ਦਿੰਦੇ ਕਿ ਅਸੀਂ ਕੁਛ ਨਹੀਂ ਕੀਤਾ, ਅਤੇ ਸਾਡੇ ਦੁਆਲੇ ਵੀ ਡੰਗ ਚੁੱਕਦੇ। ਪੁਲਿਸ ਕੀ ਕੋਈ ਕਾਰਵਾਈ ਨਹੀਂ ਕਰਦੀ? ਨਹੀਂ ਕਰਦੀ। ਹਾਲਾਂਕਿ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹਨਾਂ ਦੇ ਆਸ-ਪਾਸ ਪਿੰਡਾਂ ਵਿੱਚ ਨਸ਼ਿਆਂ ਦਾ ਚੱਲਦਾ ਕਾਰੋਬਾਰ ਬੰਦ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
मैं किसान मजदूर संघर्ष कमेटी पंजाब खडूर साहब का जून प्रधान दयाल सिंह मियां मेंडा अज मैं पिंड अलोवाल 15 दिन वाली मीटिंग करन गया हाँ। जो मीटिंग कर लॉसमेंट गुरुद्वारे किए वड्डे पद्धर से बीबिया गुरुद्वारे आईया मीटिंग चलती चलती बीबिया ने बहुत ज्यादा रोईया कहिंदियां अहीं बहुत दुखी हाँ साढ़े बच्चे जेहड़े आ समैक ना जेहड़े मरन डे आ घर घर समैक वड़ गए प्रधान जी सानू न्याय दवाओ सानू कोई न्याय नहीं मिल रहा सानू कोई पुलिस ने न्याय देन दी फिर उत्थे पिंड ने फैसला किया भी आपां थाने चलीए थाने जाके एस एच ओ नाल गलबात करिए फिर सारिया बीबिया जी इतने थाने आईया किसान मजदूर आया थाना घेर के बैठे हाँ क्योंकि जिहड़ा भगवंत मान की सरकार कहिंदे हे केजरीवाल कहिंदा हैं मैं चौं हफ्तिया नशा खत्म कर दूंगा उस तरह मित्रा नशा विकन डिया पिंड पिंड नशा विकन डिया अं आने जिहड़ा नशा पींदा उन्होंने ना चुको जिहड़े पुड़ी वेचदे आ जां जिहड़े वड्डे समगर वा उन्हां तक पहुँच करो उन्होंने जेलां सुट्टो फिर ये नशा बंद होना वा सानू एवें लारे लाए जांदे नशा ही बंद करता वो करता कुछ नहीं बंद होया ग्राउंड ते आण के वेखो की होया इन्हां मावां नूं पुछो जिन्हां दा एक एक बच्चा समैक पी के मर गया वा रोज़ टीके ला ला के बच्चे जिहड़े आ मरन डे आ साडा एक एक बच्चा एक एक धीआ इत्थों तक ढांचा खराब हो गया वा साडियां धीआं भी नशा करन डे पईआं वा इस करके अं सरकार नूं आंदे आ बड़े तुहां लारे लाए आ जिस तरह पहलो अकाली कांग्रेस बुचड़ा ने नशा वेचिया ही उह हालत तुहाडा वा नशे ते कंट्रोल करो। उत्थे इस मौके जदों थाने दे एस एच ओ परमजीत सिंह विरदी नाल गल बात की गई तो उन्होंने कहा कि वह नशे की रोकथाम पूरी तरह मुस्तैद रहते हैं और उन्होंने वालों कुछ दिन अंदर ही अनेक नशे के धंधे नाल जुड़े लोगों काबू किया गया। उन्होंने कहा कि इलाके के लोग पुलिस प्रशासन को सहयोग कर जल्द नशे के धंधे नाल जुड़े लोगों को फड़ के सलाखा के पिछे देंगे। हाँ जी सर की कहना चाहोगे अज तुहाडे थाने दे बाहर जो धरना लगा है खास करके नशे दे मुद्दे मैं तो तुहाडे सामने जी हुणे खुफिया रेट ते सीगा सिविल दे विच मैं अजे आ ही रहा वा माइनिंग दे संबंध दे विच दरिया दे उत्ते गया सीगा उत्थों आ रहा मेरे आउंदिआं नूं सारियां भैणां मेरियां बैठियां सीगियां बजुर्ग बैठे सीगे इन्हां दे नाल अंदर बुला के इन्हां नूं मैं पुछिआ भी दसो जी किहड़ियां की तुहाडियां मुश्किलां ने इन्हां कहा जी साडे पिंड दे विच कुझ अंसर जिहड़े आ उह नशा वेचदे ने ठीक है जी इन्हां दे पिंड दे विच जिहड़े आ मैं तीन बार खुद जिहड़ा रेड कर चुका जी रेड करके आ चुका वा उत्थों जाके पुछिआ गया भी दसो किहड़े बंदे कित्थे बह के पींदे ने कित्थे वेचदे ने उह सारी घोख कीती गई आ ते मैं इत्थे 29 तरीक नूं चार्ज लिया 29 तरीक तो लैके हुण तक आ जिहड़े मैं 13 मुकदमे जिहड़े आ जी नशे वालिआं दे खिलाफ़ दर्ज कीते जिहदे विच एक चालू भट्ठी लाण 625 किलो शराब 57,375 ML ते 140 ग्राम हीरोइन जिहड़ी वख-वख समगलरां तों जिहड़ी है फड़ के उहनां नूं जिहड़ा जेलां तक पहुँचाया है ते उहनां दा जिहड़ा असीं नैटवर्क जिहड़ी है तोड़न की कोशिश की है तो जिहड़े फारवर्ड ते बैकवर्ड लिंक है भी कित्थों लैके आए तो किन्नू गां देण चले सीगे उहदे बारे जिहड़ा पता करके एक बंदा साडा जेल च आ जिन्हें मंगवाई सीगी उहदे असीं वारंट जिहड़े 18 तरीक लई लाए आ उहनूं जेल दे विचों लिया के उहदे कोल जिहड़ी पुछगिछ गां करके ते अगला जिहड़ा उहदा मेन समगलर आ उहदे तक पहुँचा जाऊगा। सर इन्हां दा इही कहना है कि जिहड़े छोटे छोटे पुड़ियां वाले फड़े जाते हैं उन्होंने अक्सर ही कार्रवाई होंगी है जिहड़े वड्डे जिन्हां नूं मगरमच्छ कह लो वो काबू नहीं आते सर की कारण नहीं है जिहड़े मेन बंदे असीं दो अरैसट किए हैं जी मेन समगलर सीगे ठीक है इन्हों मेन सी एक तो सके एक को 95 ग्राम रिकवर की गई एक को 45 ग्राम रिकवर की गई इन्हां 'च कोई पुड़ियां वाला नहीं ਇਹ ਜਿਹੜੇ ਮੇਨ ਸਮਗਲਰ ਆ ਜਿਹੜੇ ਅੱਗੇ ਸਪਲਾਈ ਕਰਦੇ ਸੀਗੇ ਇਹ ਅਸੀਂ ਸਪਲਾਈ ਲਾਈਨ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਹੈ ਤੇ ਗਾਂ ਜਿਸ ਤਰ੍ਹਾਂ ਇਹਨਾਂ ਨਾਲ ਮੈਂ ਮੀਟਿੰਗ ਕਰਕੇ ਇਹਨਾਂ ਨੂੰ ਕਿਹਾ ਵੀ ਜਿਸ ਤਰ੍ਹਾਂ ਤੁਸੀਂ ਅੱਤਵਾਦ ਦੇ ਵਿੱਚ ਸਮਾਜ ਨੇ ਖੜੇ ਹੋ ਕੇ ਪੁਲਿਸ ਦਾ ਸਾਥ ਦੇ ਕੇ ਉਹ ਜਿਹੜਾ ਅੱਤਵਾਦ ਦਾ ਸਮਾਂ ਸੀਗਾ ਉਹਦੇ 'ਤੇ ਕੰਟਰੋਲ ਕੀਤਾ ਇਸੇ ਤਰ੍ਹਾਂ ਹੀ ਇਹ ਜਿਹੜਾ ਨਸ਼ਿਆਂ ਦਾ 5ਵਾਂ 6ਵਾਂ ਦਰਿਆ ਆ ਇਹਨੂੰ ਕੰਟਰੋਲ ਕਰਨ ਲਈ ਸਾਡਾ ਸਾਥ ਦਿਓ ਇਹ ਸਾਰੀਆਂ ਮਾਵਾਂ ਭੈਣਾਂ ਨੇ ਸਾਡੇ ਹੀ ਭਰਾ ਨੇ ਸਾਰੇ ਅਸੀਂ ਇਹਨਾਂ ਦੇ ਨਾਲ ਹਰ ਤਰ੍ਹਾਂ ਨਾਲ ਜਿਹੜੇ ਆ ਸਹਿਯੋਗ ਕਰਨ ਲਈ ਤਿਆਰ ਹਾਂ ਅਤੇ ਸਾਡੀ ਇਹ ਡਿਊਟੀ ਬਣਦੀ ਹੈ ਵੀ ਇਹ ਜਿਹੜੀ ਲਾਹਮਤ ਹੈ ਜਿਹੜੀ ਨਸ਼ੇ ਦੀ ਲਾਹਣਤ ਇਹ ਜਿਹੜੀ ਬਿਮਾਰੀ ਹੈ ਸਾਡੇ ਪੰਜਾਬ ਨੂੰ ਚੰਬੜੀ ਹੋਈ ਹੈ ਜਿਹਦੇ ਕਾਰਨ ਸਾਡੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ ਇਹਨੂੰ ਅਸੀਂ ਜਲਦੀ ਤੋਂ ਜਲਦੀ ਜਿਹੜਾ ਪੁੱਟ ਕੇ ਅਤੇ ਜਿਹੜਾ ਹੱਸਦਾ ਖੇਡਦਾ ਪੰਜਾਬ ਜਿਹੜਾ ਹੈ ਉਹ ਦੁਬਾਰਾ ਰੰਗਲਾ ਪੰਜਾਬ ਜਿਹੜਾ ਬਣਾਉਣ ਦੇ ਵਿੱਚ ਹਰ ਮਤ ਹਰ ਤਰ੍ਹਾਂ ਦੀ ਜਿਹੜੀ ਹੈ ਸਾਡੀ ਕੋਸ਼ਿਸ਼ ਰਹੂਗੀ ਅਤੇ ਹਰ ਸੰਭਵ ਅਸੀਂ ਕੋਸ਼ਿਸ਼ ਕਰਾਂਗੇ। ਨਿਰਪੱਖ ਪੋਸਟ ਲਈ ਤਰਨ ਤਾਰਨ ਤੋਂ ਰਵੀ ਖਹਿਰਾ ਦੀ ਰਿਪੋਰਟ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com।